ਰੀਲ ਬਣਾਉਣ ਵਾਲੇ ਸਾਵਧਾਨ, ਇਹ ਵੀਡੀਓ ਤੁਸੀਂ ਜ਼ਰੂਰ ਆਖਰ ਤੱਕ ਦੇਖਿਓ। ਘਰੋਂ ਇਹ ਮੁੰਡੇ ਨਿਕਲਦੇ ਨੇ ਚਾਈ ਚਾਈ ਭਾਖੜਾ ਦੇ ਉੱਤੇ ਰੀਲ ਬਣਾਉਣ ਦੇ ਲਈ। ਰੀਲ ਬਣਾਉਣ ਦਾ ਫਤੂਰ ਇਹਨਾਂ ਮੁੰਡਿਆਂ 'ਤੇ ਇੰਜ ਛਾਇਆ ਕਿ ਇਹਨਾਂ ਨੂੰ ਆਪਣੀ ਜ਼ਿੰਦਗੀ ਦੀ ਵੀ ਪਰਵਾਹ ਨਹੀਂ। ਪਟਿਆਲਾ ਤੋਂ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਭਾਖੜਾ ਨਹਿਰ ਦੇ ਵਿੱਚ ਨਹਾਉਣ ਦੇ ਸਮੇਂ ਰੀਲ ਬਣਾਉਣੀ ਇਹਨਾਂ ਦੋ ਮੁੰਡਿਆਂ ਨੂੰ ਮਹਿੰਗੀ ਪੈ ਗਈ। ਵੱਡਾ ਭਾਣਾ ਇਹਨਾਂ ਦੋਵਾਂ ਮੁੰਡਿਆਂ ਦੇ ਨਾਲ ਵਾਪਰ ਗਿਆ। ਦੋਵੇਂ ਮੁੰਡੇ ਜਦੋਂ ਰੀਲ ਬਣਾਉਣ ਦੇ ਲਈ ਡੁਬਕੀ ਮਾਰਦੇ ਨੇ ਨਹਿਰ ਦੇ ਵਿੱਚ, ਉਦੋਂ ਹੀ ਦੋਵੇਂ ਡੁੱਬ ਜਾਂਦੇ ਨੇ। ਗੋਤਾਖੋਰਾਂ ਦੇ ਵੱਲੋਂ ਲਗਾਤਾਰ ਦੋਵੇਂ ਮੁੰਡਿਆਂ ਦੀ ਭਾਲ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਦੋਵੇਂ ਮੁੰਡਿਆਂ ਦੀ ਭਾਲ ਪੂਰੀ ਨਹੀਂ ਹੋ ਪਾਈ। ਡੁੱਬਣ ਵਾਲੇ ਮੁੰਡਿਆਂ ਦੀ ਪਛਾਣ ਕਰਨ ਕੁਮਾਰ, ਜਿਹਦੀ ਉਮਰ ਮਹਿਜ 14 ਸਾਲ ਦੱਸੀ ਜਾ ਰਹੀ ਹੈ, ਅਤੇ ਸਾਹਿਲ ਕੁਮਾਰ, ਜਿਹਦੀ ਉਮਰ ਸਿਰਫ 17 ਸਾਲ ਦੱਸੀ ਜਾ ਰਹੀ ਹੈ। ਹੁਣ ਤੁਸੀਂ ਸੋਚੋ ਕਿ ਜ਼ਿੰਦਗੀ ਜ਼ਿਆਦਾ ਪਿਆਰੀ ਹੈ ਜਾਂ ਫਿਰ ਰੀਲ ਬਣਾਉਣੀ ਜ਼ਿਆਦਾ ਜ਼ਰੂਰੀ ਹੈ। ਇਹਨਾਂ ਬੱਚਿਆਂ ਦੇ ਦਿਮਾਗ ਦੇ ਵਿੱਚ ਆਇਆ ਕਿ ਨਹਾਉਂਦੇ ਸਮੇਂ ਉਹ ਰੀਲ ਬਣਾਉਣਗੇ ਤਾਂ ਜ਼ਿਆਦਾ ਵਿਊਜ਼ ਆਉਣਗੇ, ਪਰ ਇਹ ਵਿਊਜ਼ ਉਹਨਾਂ ਨੂੰ ਮਹਿੰਗੇ ਪੈ ਗਏ। ਜ਼ਿੰਦਗੀ 'ਤੇ ਵਿਊਜ਼ ਭਾਰੀ ਪੈ ਗਏ। ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਦੋਵੇਂ ਦੋਸਤ ਰੁੜ ਜਾਂਦੇ ਨੇ। ਹਾਲਾਂਕਿ ਉਸ ਸਮੇਂ ਉਹਨਾਂ ਦਾ ਜੋ ਤੀਜਾ ਮਿੱਤਰ ਜਿਹਦੇ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ, ਉਹ ਫੋਨ ਰੱਖ ਕੇ ਨਾਲ ਦੀ ਨਾਲ ਛਾਲ ਮਾਰ ਕੇ ਮੁੰਡਿਆਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰਦਾ, ਪਰ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ। ਦੋਵੇਂ ਮੁੰਡੇ ਭਾਖੜਾ ਨਹਿਰ ਦੇ ਵਿੱਚ ਡੁੱਬ ਚੁੱਕੇ ਹੁੰਦੇ ਨੇ। ਅਬਲੋਹਵਾਲ ਪਿੰਡ ਵਾਲਾ ਪੁਲ ਪੈਂਦਾ ਪਟਿਆਲੇ ਦਾ, ਤੇ ਤਕਰੀਬਨ 9 ਵਜੇ ਦੀ ਗੱਲ ਹੈ। ਕੁਛ ਬੱਚੇ 10 ਫੁੱਟ ਤੇ ਨਹਾ ਰਹੇ ਸੀਗੇ, ਤੇ ਕੁਛ 8-10 ਬੱਚੇ ਜਿਹੜੇ ਸੀਗੇ ਉਹ ਵੱਡੀ ਨਹਿਰ ਦੇ ਵਿੱਚ ਨਹਾ ਰਹੇ ਸੀਗੇ, ਜਿਹਦੇ ਵਿੱਚ ਇੱਕ ਲੜਕਾ ਤ੍ਰਿਪੜੀ ਦਾ, ਇੱਕ ਦੀਪਨਗਰ ਦਾ, ਤੇ ਇੱਕ ਲੜਕੇ ਨੇ ਕੀ ਕਰਿਆ, ਜੰਪ ਕਰਿਆ ਭਾਖੜਾ ਦੇ ਵਿੱਚ, ਜਿਹਨੂੰ ਸਵੀਮਿੰਗ ਬਿਲਕੁਲ ਨਹੀਂ ਆਉਂਦੀ ਸੀਗੀ, ਤੇ ਜਿਹੜਾ ਦੂਜਾ ਲੜਕਾ ਸੀ ਉਹਨੂੰ ਬਚਾਉਣ ਵਾਸਤੇ ਉਹਨੂੰ ਜੰਪ ਕਰਿਆ। ਜਦੋਂ ਬਚਾਉਣ ਵਾਸਤੇ ਜੰਪ ਕਰਿਆ ਤੇ ਇੱਕ ਦੂਜੇ ਨਾਲ ਜੱਫਾ ਪੈ ਗਿਆ, ਤੇ ਜੱਫਾ ਪੈਣ ਦੇ ਕਾਰਨ ਪਾਣੀ ਦੇ ਵਿੱਚ ਉਹ ਡੁੱਬ ਗਏ, ਤੇ ਜਿਹਨਾਂ ਨੂੰ ਗੋਤਾਖੋਰ ਦੀ ਸਪੋਰਟ ਅਸੀਂ ਲਗਾ ਕੇ ਲਗਭਗ 5 ਕਿਲੋਮੀਟਰ ਦਾ ਸਫ਼ਰ ਕਰਕੇ 5 ਕਿਲੋਮੀਟਰ ਗੋਤਾਖੋਰ ਆਕਸੀਜਨ ਸਿਲੰਡਰ ਲਗਾ ਕੇ ਤੇ ਉਹਨਾਂ ਨੂੰ ਲੱਭਣ ਦੀ ਭਾਲ ਕਰ ਰਹੇ ਸੀਗੇ, ਤੇ ਹੋਰ ਜਿਹੜੇ 30-40 ਜਿਹੜੇ ਗੋਤਾਖੋਰ ਉਹਨਾਂ ਨੂੰ ਵੀ ਲਗਾ ਕੇ ਵੀ ਉਹ ਲੱਭ ਰਹੇ ਨੇ, ਪਰ ਹਾਲੇ ਤੱਕ ਸਾਨੂੰ ਕੋਈ ਸਫਲਤਾ ਨਹੀਂ ਮਿਲੀ ਤੇ ਦੋਨੋਂ ਬੱਚੇ ਹਲੇ ਨਹੀਂ ਮਿਲੇ। ਬੱਚੇ ਦੀ ਇੱਕ ਦੀ ਉਮਰ ਸੀਗੀ 13-14 ਸਾਲ, ਇੱਕ ਦੀ ਉਮਰ 18ਵਾਂ ਸਾਲ ਉਹਨੂੰ ਲੱਗਿਆ ਸੀਗਾ, ਤੇ ਇੱਕ ਬੱਚਾ ਥੋੜਾ ਬੱਚਾ ਸੀ, ਇੱਕ ਥੋੜਾ ਛੋਟਾ ਸੀਗਾ। ਪਰ ਕਹਿਣ ਦੀ ਗੱਲ ਇਹ ਵੀ ਦੇਖੋ, ਐਡੇ ਤੇਜ਼ ਪਾਣੀ ਪ੍ਰੈਸ਼ਰ ਇੰਨਾ ਤੇਜ਼ ਹੈ, ਪਾਣੀ ਬਹਾਓ ਬਹੁਤ ਤੇਜ਼ ਹੈ,
ਉਹਦੇ ਵਿੱਚ ਵੱਡੀ ਨਹਿਰ ਦੇ ਵਿੱਚ ਨਹਾਉਣਾ ਔਰ ਜੰਪ ਕਰਨਾ ਬਹੁਤ ਮੁਸ਼ਕਿਲ ਦਾ ਕੰਮ ਹੈ, ਬਹੁਤ ਗਲਤ ਕੰਮ ਹੈ। ਬੱਚਿਆਂ ਦੇ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅਖੀਰ ਦੇ ਵਿੱਚ, ਕੀ ਅਪੀਲ ਕਰਨਾ ਚਾਹੋਗੇ? ਅਪੀਲ ਇਹ ਹੈ ਵੀ ਹੱਥ ਜੋੜ ਕੇ ਬੇਨਤੀ ਹੈ ਬੋਲੇ ਸ਼ੰਕਰ ਡਾਇਬਲ ਕਲੱਬ ਟੀਮ ਵੱਲੋਂ, ਗੋਤਾਖੋਰ ਵੱਲੋਂ, ਵੀ ਇਹੋ ਜਿਹਾ ਕੋਈ ਕੰਮ ਨਾ ਕਰੇ। ਜੇ ਤੁਹਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਹੈ ਉਹਨੂੰ ਘਰ ਦੇ ਵਿੱਚ ਆਪਸ 'ਚ ਗੱਲ ਕਰੋ, ਬੱਚਿਆਂ ਦਾ ਪਤਾ ਕਰੋ ਵੀ ਸਕੂਲ ਤੋਂ ਬੰਕ ਮਾਰ ਕੇ ਜਿਵੇਂ ਬੱਚੇ ਚਲੇ ਜਾਂਦੇ ਨੇ ਉਹਨਾਂ ਦਾ ਵੀ ਪਤਾ ਕਰੋ, ਮਿੰਟ ਮਿੰਟ ਉਹਨਾਂ ਦੀ ਪਲ ਪਲ ਖਬਰ ਲਓ, ਕਿਉਂਕਿ ਬੱਚੇ ਮਾਸੂਮ ਹੁੰਦੇ ਨੇ, ਝੂਠ ਬੋਲ ਦਿੰਦੇ ਨੇ ਵੀ ਅਸੀਂ ਇੱਥੇ ਨਹੀਂ ਇੱਥੇ ਗਏ ਸੀਗੇ, ਪਰ ਆਹ ਦੇਖੋ ਕਿੱਡਾ ਹਾਦਸਾ ਹੋ ਗਿਆ। ਇਸ ਕਰਕੇ ਆਪਣੇ ਬੱਚਿਆਂ ਨੂੰ ਮਿੰਟ ਮਿੰਟ ਦੀ ਖਬਰ ਰੱਖੋ ਅਤੇ ਉਹਨਾਂ ਦੀ ਜਾਣਕਾਰੀ ਲਓ ਵੀ ਬੱਚੇ ਕਿੱਥੇ ਨੇ। ਕਿਸ ਤਰ੍ਹਾਂ ਕੋਸ਼ਿਸ਼ ਕਰ ਰਹੇ ਹੋ ਲੱਭਣ ਦੀ? ਬੋਡੀ ਲੱਭਣ ਵਾਸਤੇ ਲਗਭਗ ਪਟਿਆਲਾ, ਸਮਾਣਾ, ਪਾਤੜਾ, ਖਨੌਰੀ, ਨਿਰਮਾਣਾ, ਟੋਹਾਣਾ ਇਹ ਸਾਰੀ ਟੀਮਾਂ ਲਗਾ ਦਿੱਤੀਆਂ ਗਈਆਂ ਨੇ, ਜਲਦ ਤੋਂ ਜਲਦ ਬੱਚਿਆਂ ਨੂੰ ਲੱਭ ਕੇ ਪਰਿਵਾਰ ਦੇ ਹਵਾਲੇ ਕਰੇ। ਉਮੀਦ ਕਿੰਨੀ ਕਿ ਕਿੰਨੇ ਦਿਨ ਦੇ ਵਿੱਚ ਮਿਲ ਸਕਦੀ ਹੈ? ਕਿ ਬੱਚੇ ਸੀਗੇ ਜਿਸ ਤਰ੍ਹਾਂ ਕੋਈ ਵੱਡੀ ਉਮਰ ਦੇ ਹੁੰਦੇ ਨੇ ਉਹਨਾਂ ਦਾ ਇਹ ਕਾਰਨ ਹੁੰਦਾ ਵੀ ਵੱਡੀ ਉਮਰ ਵਾਲੇ ਖੋਖਾ ਸਰੀਰ ਹੁੰਦਾ ਗਾ, ਤੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਚੀਰੇ ਹੁੰਦੇ ਨੇ, ਸਟਰੋਂਗ ਜਿਹਨੂੰ ਆਪਾਂ ਕਹਿ ਦਈਏ, ਤਾਂ ਇਸ ਕਰਕੇ ਬੱਚਿਆਂ ਦੀ ਡੈਡ ਬੋਡੀ ਜਿਹੜੀ ਤਕਰੀਬਨ ਲੇਟ ਮਿਲਦੀ ਹੈ, 5 ਤੋਂ 6 ਦਿਨ ਲੱਗ ਜਾਂਦੇ ਨੇ, ਤੇ ਜਿਹੜੇ ਵੱਡੇ ਹੁੰਦੇ ਉਹਨਾਂ ਦੀ 3 ਤੋਂ 4 ਦਿਨ ਬੋਡੀ ਮਿਲਦੀ ਹੈ।